ਆਮ ਆਦਮੀ ਪਾਰਟੀ ਦੇ ਖਹਿਰਾ ਧੜੇ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਦੋਸ਼ ਲਗਾਏ ਨੇ ਕਿ ਉਹ ਅਹੁਦੇ ਦੀ ਦੁਰਵਰਤੋਂ ਕਰਕੇ ਆਪਣੇ ਫਾਰਮ ਹਾਊਸ ਲਈ ਖਾਸ ਸਹੂਲਤਾਂ ਪੈਦਾ ਕਰ ਰਹੇ ਨੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਨੇ ਕਿਹਾ ਹੈ ਕਿ ਮੁੱਲਾਪੁਰ ਨੇੜੇ ਸਿਸਵਾਂ ਪਿੰਡ ਕੋਲ ਜੋ ਕੈਪਟਨ ਅਮਰਿੰਦਰ ਸਿੰਘ ਦਾ ਫਾਰਮ ਹਾਊਸ ਹੈ, ਉਸ ਫਾਰਮ ਨੂੰ ਵਰਖਾ ਦੇ ਪਾਣੀ ਤੋਂ ਬਚਾਉਣ ਲਈ ਸਿਸਵਾਂ ਪਿੰਡ ਕੋਲ ਡੈਮ ਦੀ ਉਸਾਰੀ ਕਰਵਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਡੈਮ ਉੱਤੇ ਕਰੋੜਾਂ ਰੁਪਏ ਖਰਚ ਕੀਤੇ ਜਾਣੇ ਨੇ। ਇਹਨਾਂ ਆਗੂਆਂ ਨੇ ਕਿਹਾ ਹੈ ਕਿ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਲਈ ਤਾਂ ਕੈਪਟਨ ਸਰਕਾਰ ਇੱਕ ਧੇਲਾ ਵੀ ਨਹੀਂ ਖਰਚ ਰਹੀ, ਦੂਜੇ ਪਾਸੇ ਆਪਣਿਆਂ ਫਾਇਦਿਆਂ ਲਈ ਸਰਕਾਰੀ ਖਜ਼ਾਨੇ ਨੂੰ ਲੁਟਾਇਆ ਜਾ ਰਿਹਾ ਹੈ। ਇਹਨਾਂ ਆਗੂਆਂ ਨੇ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ ਅਤੇ ਕਿਹਾ ਹੈ ਕਿ ਇਸ ਬਾਰੇ ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਪੱਤਰ ਵੀ ਲਿਖਣਗੇ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਨੇ ਆਪਣੀ ਪੋਜੀਸ਼ਨ ਦਾ ਦੁਰਉਪਯੋਗ ਕਰਕੇ ਆਪਣੇ ਨਵੇਂ ਫਾਰਮ ਹਾਊਸ ਜਿਹੜਾ ਸਿਸਵਾਂ ਵਿੱਚ ਬਣ ਰਿਹਾ ਚੰਡੀਗੜ੍ਹ ਮੁੱਲਾਪੁਰ ਸਾਈਡ ਦੇ ਉੱਤੇ ਨਿਊ ਚੰਡੀਗੜ੍ਹ, ਉਸ ਨੂੰ ਫਾਇਦਾ ਦੇਣ ਵਾਸਤੇ, ਉਸ ਦਾ ਬਰਸਾਤਾਂ ਵਿੱਚ ਬਚਾਓ ਕਰਾਉਣ ਵਾਸਤੇ ਪੰਜਾਬ ਸਰਕਾਰ ਦੇ ਖਜ਼ਾਨੇ ਦੀ ਲੁੱਟ ਕੀਤੀ ਆ। ਔਰ ਉੱਥੇ ਇੱਕ ਉੱਪਰਲੇ ਪਾਸੇ ਸਿਸਵਾਂ ਪਿੰਡ ਵਿੱਚ ਸਰਪੰਚ ਅਤੇ ਪੰਚਾਇਤ ਕੋਲੋਂ ਮਤਾ ਪਾਸ ਕਰਾ ਕੇ ਇੱਕ ਚੈੱਕ ਡੈਮ ਬਣਾ ਰਹੇ ਨੇ, ਜਿਹੜਾ ਕਿ ਨੋਰਮਲ ਕੋਰਸ ਵਿੱਚ ਜਿਹੜਾ ਬਰਸਾਤ ਦਾ ਪਾਣੀ ਸੀਗਾ ਉਹ ਜਿਹੜੀ ਜ਼ਮੀਨ ਕੈਪਟਨ ਅਮਰਿੰਦਰ ਸਿੰਘ ਨੇ ਲਈ ਆ ਲਗਭਗ 7 ਏਕੜ, ਨੋਰਮਲ ਕੋਰਸ ਵਿੱਚ ਬਰਸਾਤਾਂ ਦਾ ਪਾਣੀ ਇਹਨਾਂ ਦੀ ਪ੍ਰੋਪਰਟੀ ਇਹਨਾਂ ਦੇ ਫਾਰਮ ਹਾਊਸ ਦੇ ਵਿੱਚ ਦੀ ਜਾਣਾ ਸੀਗਾ, ਪਰ ਇਹਨਾਂ ਨੇ ਆਪਣੀ ਪੋਜੀਸ਼ਨ ਦਾ ਮਿਸਯੂਜ਼ ਆਫ ਅਥੋਰਿਟੀ ਅਤੇ ਇਹਨਾਂ ਨੇ ਪੰਜਾਬ ਸਰਕਾਰ ਦੇ ਪੈਸੇ ਦੇ ਨਾਲ ਇੱਕ ਚੈੱਕ ਡੈਮ ਜਿਹੜਾ ਵਾ ਬਣਾਇਆ ਜਾ ਰਿਹਾ ਵਾ। ਔਰ ਇਹ ਜਿਹੜਾ ਚੈੱਕ ਡੈਮ ਹੈ ਇਹਦੇ ਮੁਤਲਕ ਕੰਵਰ ਸੰਧੂ ਸਾਹਿਬ ਜਿਹੜੇ MLA ਖਰੜ ਦੇ ਨੇ, ਇਹਨਾਂ ਨੇ ਆਲਰੇਡੀ ਪੰਜਾਬ ਸਰਕਾਰ ਨੂੰ ਵਾਰਨ ਕੀਤਾ ਸੀਗਾ। ਇਹਨਾਂ ਆਗੂਆਂ ਨੇ ਇਹ ਵੀ ਕਿਹਾ ਹੈ ਕਿ ਅਰਵਿੰਦ ਕੇਜਰੀਵਾਲ ਸਪਸ਼ਟ ਕਰਨ ਕਿ ਮਰਹੂਮ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲੈਣਾ ਚਾਹੀਦਾ ਹੈ ਜਾਂ ਫਿਰ ਨਹੀਂ। ਖਹਿਰਾ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਵੀ ਦਿੱਲੀ ਦੇ ਸਿੱਖ ਕਤਲੇਆਮ 'ਚ ਸ਼ਮੂਲੀਅਤ ਸੀ, ਜਿਸ ਕਾਰਨ ਉਹਨਾਂ ਨੂੰ ਭਾਰਤ ਰਤਨ ਦੇਣਾ ਹੀ ਨਹੀਂ ਸੀ ਚਾਹੀਦਾ। ਖਹਿਰਾ ਨੇ ਸਪਸ਼ਟ ਕੀਤਾ ਕਿ ਨਵੇਂ ਸਾਲ 'ਚ ਉਹਨਾਂ ਦੀ ਧਿਰ ਨਵੀਂ ਪਾਰਟੀ ਬਣਾਏਗੀ। ਨਾਲ ਹੀ ਇਹ ਵੀ ਸਪਸ਼ਟ ਕੀਤਾ ਕਿ ਉਸ ਦੀ ਧਿਰ ਦੇ ਵਿਧਾਇਕ ਆਪਣੇ ਅਹੁਦਿਆਂ ਤੋਂ ਅਸਤੀਫਾ ਨਹੀਂ ਦੇਣਗੇ। ਕੱਲ੍ਹ ਇੱਕ ਡਰਾਮਾ ਰਚਿਆ ਗਿਆ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ, ਔਰ ਉੱਥੇ ਭਾਰਤ ਰਤਨ ਰਾਜੀਵ ਗਾਂਧੀ ਤੋਂ ਵਾਪਸ ਲੈਣ ਦਾ ਪ੍ਰਸਤਾਵ ਰੱਖਿਆ ਗਿਆ। ਉਹ ਪ੍ਰਸਤਾਵ ਦੀਆਂ ਸਨੈਪਸ਼ੋਟਸ ਅਲਕਾ ਲਾਂਬਾ MLA ਦਿੱਲੀ ਨੇ ਸੋਸ਼ਲ ਮੀਡੀਆ ਦੇ ਉੱਤੇ, ਟਵਿੱਟਰ ਦੇ ਉੱਤੇ ਸਰਕੂਲੇਟ ਕਰ ਦਿੱਤੀਆਂ, ਅਤੇ ਅੱਜ ਪਤਾ ਲੱਗਿਆ ਵਾ ਕਿ ਆਮ ਆਦਮੀ ਪਾਰਟੀ ਦੇ ਵੱਡੇ ਆਗੂ TV ਚੈਨਲਾਂ 'ਤੇ ਬੈਠ ਕੇ ਉਹ ਕਹਿੰਦੇ ਨੇ ਕਿ ਅਸੀਂ ਤਾਂ ਭਾਰਤ ਰਤਨ ਵਾਪਸ ਲੈਣ ਦਾ ਪ੍ਰਸਤਾਵ ਹੀ ਨਹੀਂ ਰੱਖਿਆ। ਸਾਡੀ ਸਿਰਫ ਇੰਨੀ ਮੰਗ ਆ ਕਿ ਅਰਵਿੰਦ ਕੇਜਰੀਵਾਲ ਜੀ ਜਿਹੜੇ ਕਿ ਇਸ ਦੇਸ਼ ਵਿੱਚ ਇੱਕ ਅਲੱਗ ਰਾਜਨੀਤੀ ਦਾ ਵੀ ਗੁਹਾਰ ਲਾਉਂਦੇ ਸੀਗੇ, ਜਿਹੜੇ ਕਹਿੰਦੇ ਸੀਗੇ ਕਿ ਅਸੀਂ ਇੱਕ ਰਾਜਨੀਤੀ ਸੱਤਾ ਲੈਣ ਵਾਸਤੇ ਨਹੀਂ ਪਰ ਲੋਕਾਂ ਦੇ ਹਾਲਾਤ ਪਰਿਵਰਤਨ ਕਰਨ ਵਾਸਤੇ ਅਸੀਂ ਰਾਜਨੀਤੀ ਵਿੱਚ ਪੈਰ ਰੱਖਿਆ, ਅੱਜ ਉਹਨਾਂ ਨੂੰ ਦੱਸਣਾ ਪਵੇਗਾ ਕਿ ਭਾਰਤ ਰਤਨ ਦਾ ਪ੍ਰਸਤਾਵ ਪਾਸ ਆ ਕਿ ਵਾਪਸ ਆ। ਔਰ ਅਗਰ ਵਾਪਸ ਆ ਤਾਂ ਕਿਤੇ ਇਹ ਤਾਂ ਨਹੀਂਗਾ ਕਿ ਤੁਹਾਡੀ ਸੰਧੀ ਕਾਂਗਰਸ ਦੇ ਨਾਲ ਅਲਾਇੰਸ ਆਮ ਆਦਮੀ ਪਾਰਟੀ ਦਾ ਗੱਠਜੋੜ ਹੋਣ ਜਾ ਰਿਹਾ ਵਾ, ਅਤੇ ਅਗਰ ਹੋਣ ਜਾ ਰਿਹਾ ਵਾ ਤਾਂ ਫਿਰ ਲੋਕਾਂ ਤੋਂ ਮਾਫ਼ੀ ਮੰਗਣੀ ਪਵੇਗੀ, ਕਿਉਂਕਿ ਤੁਸੀਂ ਆਪਣੇ ਬੱਚਿਆਂ ਦੀ ਸਹੁੰ ਖਾਧੀ ਆ ਕਿ ਮੈਂ ਕਿਸੇ ਕਰਪਟ ਪਾਰਟੀ ਦੇ ਨਾਲ ਕਿਸੇ ਤਰ੍ਹਾਂ ਦਾ ਕੋਈ ਗੱਠਜੋੜ ਨਹੀਂ ਕਰਾਂਗਾ। ਪਰ ਜੇ ਤੁਸੀਂ ਅੱਜ ਗੱਠਜੋੜ ਕਰਦੇ ਹੋ ਅਤੇ ਭਾਰਤ ਰਤਨ ਦਾ ਪ੍ਰਸਤਾਵ ਵਾਪਸ ਲੈਂਦੇ ਹੋ, ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਦੇ ਨਾਲ ਵੱਡਾ ਧਰੋ, ਵੱਡਾ ਧੋਖਾ, ਉਹਨਾਂ ਦੇ ਨਾਲ ਖਿਲਵਾੜ, ਸਿਰਫ ਵੋਟਾਂ ਦੀ ਰਾਜਨੀਤੀ ਵਾਸਤੇ
ਤੁਸੀਂ ਸਿੱਖਾਂ ਦੀਆਂ ਭਾਵਨਾਵਾਂ ਜਿਹੜਾ ਇੱਕ ਮਜ਼ਾਕ ਬਣਾਉਣ ਜਾ ਰਹੇ ਹੋ। ਇਹਦੇ 'ਤੇ ਆਮ ਆਦਮੀ ਪਾਰਟੀ ਨੂੰ ਆਪਣੀ ਸਥਿਤੀ ਕੈਟੇਗੋਰਿਕਲੀ ਸਪਸ਼ਟ ਕਰਨੀ ਚਾਹੀਦੀ ਆ।